ਅਸਲਾਮ ਵਾਲੇਕਮ ਜਨਾਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਇਹ ਮੇਰਾ ਪਹਿਲਾ ਵਲੋਗ ਹੈ। ਅਲਹਮਦੁਲਿਲਾ ਮੈਂ ਠੀਕ ਹਾਂ, ਤੁਸੀਂ ਸੁਣਾਓ? ਸਾਰੇ ਠੀਕ ਠਾਕ ਹੋ? ਏਸੀਆਂ ਦਾ ਕੰਮ ਕਰਨੇ ਆ, ਜਨਰਲ ਟੈਕ ਦਾ ਫਿਲਹਾਲ ਏਸੀ ਲਾ ਰਹੇ ਆ ਅਲੀ ਭਾਈ ਨੇ, ਏਸੀ ਲੱਗਣ ਲੱਗਾ, ਬਸ ਚਾਲੂ ਹੋ ਗਿਆ। ਪਿੱਛੋਂ ਲਾਈਟ ਉੱਡ ਗਈ ਜੀ, ਹੋਰ ਆਈ ਹੈ ਲਾਈਟ, ਤੇ ਤਾਰ ਹਰੀ ਲਾ ਰਹੇ ਨੇ ਤਾਰਾਂ, ਦੋ ਵਾਰੀ ਪੁੱਠੀਆਂ ਲਾਈਆਂ ਤਾਰਾਂ, ਹੋਰ ਸਿੱਧੀਆਂ ਲਾਈਆਂ ਨੇ। ਉਹ ਇਹ ਭਾਈ ਹੋਰ ਦੱਸਿਆ ਕਿ ਵੀ ਮੈਂ ਪਿੱਛੋਂ ਨਵੀਆਂ ਲਾ ਕੇ ਆਇਆ, ਤੇ ਤੁਸੀਂ ਇੱਥੇ ਗਲਤ ਲਾ ਰਹੇ ਹੋ। ਫਿਰ ਇੰਨਾ ਚੜ੍ਹੇ ਨੇ, ਫਿਰ ਦੱਸਿਆ ਤੇ ਹੁਣ ਤੁਹਾਨੂੰ ਦੂਸਰੀਆਂ ਲਾਈਆਂ ਤਾਰਾਂ, ਹੁਣ ਵੇਖਦੇ ਹਾਂ ਕਿ ਏਸੀ ਚੱਲਦਾ ਕਿ ਨਹੀਂ। ਰਿਮੋਟ ਸਾਡੇ ਕੋਲ ਕੋਈ ਨਹੀਂ, ਤੇ ਰਿਮੋਟ ਨਾ ਹੋਏ ਕਹਿੰਦੇ ਏਸੀ ਚਲਾਉਣਾ। ਮੈਂ ਜ਼ਰਾ ਤੇਜ਼ ਤੇਜ਼ ਬੋਲਦਾ ਤੇ ਤੁਸੀਂ ਵੀ ਜ਼ਰਾ ਸਮਝ ਜਾਇਓ ਕਿ ਪੰਜਾਬੀ ਹੁਸ਼ਿਆਰਪੁਰ ਦੇ ਕਿੰਨ ਤਾਂ ਚੱਲਣਾ ਏਸੀ ਬਗੈਰ ਰਿਮੋਟ ਤੋਂ। ਨਾਲ ਇੱਕ ਬਟਨ ਹੁੰਦਾ, ਉਹ ਖੋਲ੍ਹ ਕੇ ਬਟਨ ਆਨ ਕੀਤਾ, ਹੁਣ ਸੈੱਲ ਨਵਾਂ ਰਿਮੋਟ ਲੈ ਕੇ ਆਏ ਹਾਂ, ਰਿਮੋਟ ਖੋਲ੍ਹਿਆ ਅਤੇ ਸੈੱਲ ਪਾਉਣ ਲੱਗੇ। ਹੁਣ ਇਹ ਤੁਹਾਨੂੰ ਦੱਸਦੇ ਹਾਂ ਏਸੀ ਥੱਕੇ ਨੂੰ ਕੂਲਿੰਗ ਕਰਦਾ। ਓਕੇ, ਕਰ ਤੁਸੀਂ ਇਹ ਗੱਡੀ ਦੀ ਚਾਬੀ ਹੈ, ਆਹ ਚਾਬੀ ਵੇਖੋ, ਇਹ ਗੱਡੀ ਦੀ ਚਾਬੀ ਹੈ, ਇਹ ਉਹ ਤਾਲੇ ਦੀ ਚਾਬੀ ਜਿਹਦੇ 'ਚ ਪਾਸਪੋਰਟ ਪਏ ਨੇ, ਇਹ ਰੂਮ ਦੀ ਚਾਬੀ ਹੈ, ਇਹ ਵਾਸ਼ਰੂਮ ਦੀ ਚਾਬੀ ਹੈ। ਯਾਨੀ ਕਿ ਚਾਬੀ ਲਾਉਣੀ ਹੈ, ਵਾਸ਼ਰੂਮ 'ਚ ਜਾਣਾ, ਬਾਹਰ ਆਉਣਾ, ਤਾਲਾ ਲਾ ਕੇ ਫੇਰ ਆਉਣਾ, ਕੋਈ ਹੋਰ ਨਾ ਵੜ ਜੇ। ਆਈਏ ਹੁਣ ਗੱਡੀ 'ਚ ਬਹਿ ਕੇ ਤੁਹਾਨੂੰ ਬਾਕੀ ਸੁਣਾਉਂਦੇ ਹਾਂ। ਵੇਖੋ ਸਮਾਨ ਕਿੰਝ ਲੱਗਿਆ, ਵੇਖੋ ਬਹਿਣਾ ਕਿੱਥੇ ਵੀ, ਲੇਕਿਨ ਐਡਜਸਟ ਆਹਾਂ ਹੋ ਜਾਣਾ ਏਸੀ ਵਾਲੇ। ਫਿਲਹਾਲ ਭਾਈ ਹੁਣ ਕਿੱਥੇ ਜਾਣਾ? ਹੁਣ ਚੱਲਿਆ ਘਰ ਸਰਕਾਰ। ਅੱਛਾ, ਹਾਂ ਦੁਬਈ ਹੈ, ਬੈਲਟ ਤੋਂ ਬਗੈਰ ਨਹੀਂ ਜਾ ਸਕਦੇ, ਲੇਕਿਨ ਅਸੀਂ ਇੰਡਸਟਰੀਅਲ ਏਰੀਏ ਦੇ ਵਿੱਚ ਆ, ਇੱਥੇ ਕੋਈ ਨਹੀਂ ਆਉਂਦਾ ਛੁੱਟਾ। ਇਹ ਆਪਣੇ ਕਾਲੇ ਭਾਈ ਜਾ ਰਹੇ ਨੇ ਸਾਈਕਲ ਦੇ ਉੱਤੇ। ਯਾਰ ਗੱਡੀ ਦਾ ਥੋੜ੍ਹਾ ਨਾ ਬੈਲਟ ਖਰਾਬ ਹੈ, ਅਤੇ ਚੀਕਾਂ ਪਿਆ ਮਾਰਦਾ, ਹੁਣ ਇਹਨੂੰ ਜਾ ਕੇ ਥੋੜ੍ਹਾ ਸਵੇਰੇ ਟੈਸਟ ਕਰਾਵਾਂਗੇ ਕੀ ਇਹਨੂੰ ਮਸਲਾ, ਟੀਕਾ ਸ਼ੀਕਾ ਲਵਾਵਾਂਗੇ, ਬੁਖਾਰ ਹੋਇਆ। ਸਹੀ, ਅਤੇ ਬਿਲਾਲ ਭਾਈ ਕਿੰਨੀ ਦੇਰ ਹੋ ਗਈ ਲਾਇਸੈਂਸ ਲਿਆ? ਮੈਨੂੰ ਲਾਇਸੈਂਸ ਲਿਆ ਹੋ ਗਿਆ 2 ਸਾਲ। ਚੜੇ ਅਸੀਂ ਮੇਨ ਰੋਡ ਤੇ, ਠੀਕ ਠਾਕ ਪਹੁੰਚ ਗਏ ਆ, ਗੱਡੀ ਖਿਲਾਰੀ ਹੈ, ਪਾਰਕਿੰਗ ਜਿੱਥੇ ਮਰਜ਼ੀ ਲਾਉਣ, ਉੱਥੇ ਖੁੱਲੀ ਪਾਰਕਿੰਗ, ਕੱਚਾ ਬਣਿਆ ਵੀ ਆਇਆ ਕੰਮ ਦੇ, ਮਤਲਬ ਪਤਾ ਕਰਨਾ ਉਹਨੇ, ਕੋਈ ਅਲਮੋਨੀਅਮ ਦਾ ਕੰਮ ਕਰਾਉਣਾ, ਐਂਜੀ ਕਿਸੇ ਨੇ ਏਸੀਆਂ ਦਾ ਕੰਮ ਕਰਾਉਣਾ, ਤਾਂ ਸਾਡੀ ਦੁਕਾਨ 'ਤੇ ਆਉਂਦਾ। ਇਹ ਏਸੀ ਪਏ ਨੇ, ਏਸੀ ਧੋਣਾ, ਧੋ ਕੇ ਅਸੀਂ ਚੈੱਕ ਕਰਨਾ, ਵੇਖੋ ਗੰਦਾ ਹੋਇਆ, ਚੈੱਕ ਕਰਨਾ ਇਹਨੂੰ ਕੀ ਕੋਈ ਮਸਲਾ, ਠੀਕ ਨਹੀਂ ਤਾਂ ਧੋਣਾ, ਗੈਸ ਫਿਲ ਕਰਨੀ ਹੈ, ਲਾਉਣਾ ਕੂਲਰ, ਇਹ ਪਾਕਿਸਤਾਨ ਵਾਲਾ ਲੇਖਾ, ਇਹਦਾ ਪੱਖਾ ਖਰਾਬ ਸੀ, ਠੀਕ ਮੋਟਰ ਖਰਾਬ ਸੀ, ਅਤੇ ਇਹ ਪੱਖਾ ਨਵਾਂ ਲਿਆਇਆ, ਮੋਟਰ ਲਾਈਏ, ਪ੍ਰਿਵੈਂਡਿੰਗ ਕਰਾਈਏ, ਰਿਮੋਟ ਲਾਇਆ, ਫਿੱਟ ਕੀਤਾ, ਹੁਣ ਇਹਨੂੰ ਬੰਦ ਕਰਨਾ, ਵਾਸ਼ ਕਰਨਾ, 80 ਰੁਪਏ ਦੀ ਸਾਡੀ ਦੁਕਾਨ ਹੈ, ਤਜਾਬਾ ਏਸੀ ਰਿਫਰੀਜਰ ਰਿਪੇਅਰ ਵਰਕਸ਼ਾਪ, ਠੀਕ ਹੋ ਗਿਆ। ਮੋਬਾਈਲ ਨੰਬਰ ਲਿਖਿਆ ਇਹਦਾ, ਮੇਰਾ ਨਹੀਂ, ਉਹ ਵੱਡੇ ਭਾਈ ਦਾ, ਛੋਟੇ ਭਾਈ ਮੇਰਾ, ਉਹਨਾਂ ਕਿਹਾ ਤੂੰ ਤੈਨੂੰ ਅਰਬੀ ਨਹੀਂ ਆਉਂਦੀ, ਇੰਗਲਿਸ਼ ਆਉਂਦੀ ਹੈ, ਅਤੇ ਇੱਥੇ ਸਾਰੇ ਕਸਟਮਰ ਅਰਬੀ ਵਾਲੇ ਨੇ, ਅਤੇ ਹਕੀਕਤ ਗੱਲ ਹੈ, ਅਰਬੀ ਵਾਲੇ ਕਸਟਮਰ ਨੇ, ਮੈਨੂੰ ਅਰਬੀ ਨਹੀਂ ਆਉਂਦੀ, ਦੋਵਾਂ ਭਰਾਈਆਂ ਨੂੰ ਆਉਂਦੀ ਅਰਬੀ, ਮੈਨੂੰ ਇੰਗਲਿਸ਼ ਆਉਂਦੀ, ਅਗਰ ਕੋਈ ਗੋਰਾ ਕਸਟਮਰ ਹੈ ਤਾਂ ਫਿਰ ਮੈਨੂੰ ਕਾਲ ਕਰਦਾ, ਫਿਰ ਉਹ ਮੇਰੇ ਨਾਲ ਗੱਲ ਕਰਾਉਂਦੇ ਨੇ, ਠੀਕ ਹੋ ਗਿਆ। ਲਾਇਸੈਂਸ ਵੀ ਮੇਰੇ ਕੋਲ, ਗੱਡੀ ਵੀ ਮੈਂ ਚਲਾਉਣੀ ਹੈ, ਅਤੇ ਇੱਕ ਮੁੰਡਾ ਰੱਖਿਆ, ਦੋ ਭਾਈ ਨੇ, ਅਸੀਂ ਠੀਕ ਹੋ ਗਿਆ। ਦੁਕਾਨ ਦਾ ਬੂਹਾ ਖੁੱਲ੍ਹਾ, ਏਸੀ ਪਏ ਨੇ, ਬੈਗ ਪਏ ਨੇ, ਪੱਖੇ ਪਏ, ਸਮਾਨ ਪਿਆ ਇਹਦਾ, ਐਂਜੀ ਪਾਣੀਆਂ ਦੀਆਂ ਬੋਤਲਾਂ ਪਈਆਂ ਸਰਕਾਰ। ਅਗਲਾ ਪੋਰਸ਼ਨ ਦੇ ਵਿੱਚ